ਜਲੰਧਰ ਵੈਸਟ ਦੇ ਅੰਦਰ ਬਾਈ ਇਲੈਕਸ਼ਨ ਦਾ ਹੋਣਾ ਕਿ ਅੱਜ ਉਹਨਾਂ ਮੁੱਖ ਮੰਤਰੀ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਲੋਕਾਂ ਨੂੰ ਮਿਲਿਆ, ਜਿਹੜੇ ਆਪਣੇ MLAs ਨੂੰ ਵੀ ਨਹੀਂ ਸੀ ਮਿਲਦੇ, ਅੱਜ ਜਲੰਧਰ ਦੇ ਅੰਦਰ ਆ ਕੇ ਮਕਾਨ ਲੈ ਕੇ ਇੱਥੇ ਬੈਠੇ। ਅਗਰ ਮੈਂ ਇਸ ਮਕਾਨ ਨੂੰ ਸ਼ੀਸ਼ ਮਹਿਲ ਕਹਾਂ ਤਾਂ ਬਿਹਤਰ ਰਹੂਗਾ, ਕਿਉਂਕਿ ਇਹ ਜਿਹੜੇ ਆਮ ਆਦਮੀ ਦੇ ਨੁਮਾਇੰਦੇ ਸੀਗੇ, ਚਾਹੇ ਦਿੱਲੀ ਦੇ ਅੰਦਰ ਸ਼ੀਸ਼ ਮਹਿਲ ਬਣਿਆ ਜਿਹਦਾ ਖਾਮਿਆਜ਼ਾ ਭੁਗਤ ਰਹੇ ਆ ਕੇਜਰੀਵਾਲ ਸਾਹਿਬ ਅੱਜ ਤਾਈਂ, ਉਸੇ ਕਿਸਮ ਦਾ ਅੱਜ ਮੈਂ ਫੋਟੋਗ੍ਰਾਫਸ ਦੇਖੀਆਂ ਵੀ ਜਿਹੜਾ ਆਮ ਆਦਮੀ ਦਾ ਇੱਕ ਛੋਟਾ ਕੁਆਟਰ ਹੋਣਾ ਚਾਹੀਦਾ ਸੀ, ਉਹ ਇੱਕ ਬਹੁਤ ਵੱਡਾ ਪੈਲਸ ਜਿਹਦੇ ਵਿੱਚ ਭਗਵੰਤ ਮਾਨ ਜੀ ਅਤੇ ਉਹਨਾਂ ਦੇ ਪਰਿਵਾਰ ਇੱਥੇ ਰਹਿ ਰਹੇ ਹੈ। ਇਸ਼ੂ ਆਹ ਨਹੀਂ ਹੈ ਵੀ ਭਗਵੰਤ ਮਾਨ ਜੀ ਕਿੱਥੇ ਰਹਿ ਰਹੇ ਹੈ, ਇਸ਼ੂ ਆ ਹੈ ਵੀ 2.5 ਸਾਲ ਦੇ ਕਰੀਬ ਸਰਕਾਰ ਹੋਣ ਨੂੰ ਆਏ ਹੈ ਅਤੇ ਸਰਕਾਰ ਆਪਣੀ ਕਾਰਗੁਜ਼ਾਰੀਆਂ ਜਾਂ ਜਿਹੜੇ ਕੰਮ ਕੀਤੇ ਆ ਉਹਨਾਂ 'ਤੇ ਵੋਟ ਕਿਉਂ ਨਹੀਂ ਮੰਗ ਰਹੀ, ਕਿਉਂ ਨਹੀਂ ਆ ਕੇ ਜਲੰਧਰ ਦੇ ਲੋਕਾਂ ਨੂੰ ਦੱਸ ਰਹੇ ਵੀ ਅਸੀਂ ਇੱਥੇ ਪਿਛਲੇ 2.5 ਸਾਲ ਦੇ ਅੰਦਰ ਕੀ ਕੁਛ ਕਰਵਾਇਆ ਹੈ, ਕਿਉਂ ਆ ਨੌਬਤ ਇੱਥੇ ਆਈ ਹੈ ਜਦੋਂ ਇਸ ਤੋਂ ਵਿਚਾਲੇ ਪਹਿਲਾਂ ਵੀ ਇੱਥੇ ਇਲੈਕਸ਼ਨ ਦੇ ਦੌਰਾਨ ਆਏ ਹੈ, ਇੱਥੇ ਦੀ ਸਮੱਸਿਆਵਾਂ ਤੋਂ ਪਰਿਚਿਤ ਹੈ, ਸਾਰੀ ਗੱਲਾਂ ਦਾ ਇਹਨਾਂ ਨੇ ਜੋ ਜੋ ਵਾਅਦੇ ਕੀਤੇ ਸੀਗੇ ਉਹ ਫੁਲਫਿਲ ਕਰਨ ਦੀ ਬਜਾਏ ਨਵਾਂ ਏਜੰਡਾ 10 ਪੁਆਇੰਟ ਜਿਹੜੇ ਲੈ ਕੇ ਆਏ, ਨਵੀਂ ਗਰੰਟੀਆਂ ਲੈ ਕੇ ਆਏ, ਪੁਰਾਣੀ ਗਰੰਟੀਆਂ ਦਾ ਕੀ ਹੋਇਆ, ਕੀ ਹੋਇਆ ਉਸ ਕੂੜੇ ਦੇ ਢੇਰ ਦਾ ਜਿਹਨੂੰ ਹਟਾਉਣ ਦੀ ਗੱਲ ਕੀਤੀ ਸੀਗੀ, ਕੀ ਹੋਇਆ ਇੱਥੇ ਜਿਹੜਾ ਅੱਜ ਇਲਜ਼ਾਮ ਲਗਾ ਰਹੇ ਹੈ, ਜਿਹੜੀ ਗੱਲ ਨੂੰ ਲੈ ਕੇ ਕਾਂਗਰਸ ਦੇ ਕੈਂਡੀਡੇਟ ਦੇ ਉੱਤੇ ਬਹੁਤ ਵੱਡੀ ਪ੍ਰੈਸ ਕਾਨਫਰੰਸ ਇਹਨਾਂ ਦੇ ਮੰਤਰੀ ਸਾਹਿਬ ਕਰਕੇ ਗਏ ਹੈ ਵੀ 1000 ਰੁਪਈਏ ਦਾ 1000 ਕਰੋੜ ਦਾ ਘੁਟਾਲਾ ਸਮਾਰਟ ਸਿਟੀ ਦੇ ਨਾਮ 'ਤੇ ਹੋਇਆ ਹੈ, ਕਿਉਂ ਨਹੀਂ ਕਾਰਵਾਈ ਹੋਈ? ਅੱਜ ਸਵਾਲ ਮੇਰਾ ਆ ਹੈ ਵੀ ਅੱਜ ਇਲੈਕਸ਼ਨ ਦੇ ਦੌਰਾਨ ਜਦੋਂ ਇਹ ਕਹਿ ਰਹੇ ਹੈ ਵੀ ਅਸੀਂ ਕਾਰਵਾਈ ਕਰਾਂਗੇ ਜਾਂ ਪੜਤਾਲ ਕਰਾਂਗੇ ਤਾਂ ਹੁਣ ਤਾਂ ਕਿਉਂ ਨਹੀਂ ਕੀਤਾ? ਇਹਨਾਂ ਗੱਲਾਂ 'ਤੇ ਜਵਾਬ ਦੇਣਾ ਪਊਗਾ। ਇਟ ਇਜ਼ ਨੋਟ ਅ ਵਨ ਆਫ ਵੀ ਆਹ ਸਿਰਫ ਹੁਣ ਹੋਇਆ। ਮੁੱਖ ਮੰਤਰੀ ਸਾਹਿਬ ਨੇ ਹਰੇਕ ਵਿਧਾਨ ਸਭਾ ਸੈਸ਼ਨ ਦੇ ਅੰਦਰ, ਹੁਣ ਤਾਂ ਆਇਆ ਤਾਂ ਚਲੋ ਕਾਂਗਰਸ ਦੇ ਡਿਪਟੀ ਮੇਅਰ ਰਹੇ ਹੋਣੇ ਹੈ, ਕਾਂਗਰਸ ਦੇ ਡਿਪਟੀ ਚੀਫ ਮਿਨਿਸਟਰਾਂ ਤੋਂ ਲੈ ਕੇ ਚੀਫ ਮਿਨਿਸਟਰ ਡਿਪਟੀ ਕਿਉਂ ਚੀਫ ਮਿਨਿਸਟਰ 'ਤੇ ਵੀ ਇਲਜ਼ਾਮ ਲਾਏ ਸੀਗੇ, ਚਾਹੇ ਉਹ ਉਸ ਟਾਈਮ ਸਦਨ 'ਚ ਨਹੀਂ ਸੀਗੇ। ਹੁਣ 2 ਕਰੋੜ ਰੁਪਈਏ ਇਹਨਾਂ ਨੇ ਕ੍ਰਿਕਟ ਦੇ ਇੱਕ ਕਿਸੇ ਤੋਂ ਲੈ ਵੀ ਨੌਕਰੀ ਦੇਊਂਗਾ, ਚੀਫ ਮਿਨਿਸਟਰ ਕਾਂਗਰਸ ਦੇ, ਡਿਪਟੀ ਚੀਫ ਮਿਨਿਸਟਰ ਕਾਂਗਰਸ ਦੇ, ਮਿਨਿਸਟਰਸ ਕਾਂਗਰਸ ਦੇ, ਪ੍ਰਧਾਨ ਕਾਂਗਰਸ ਦੇ, CLP ਲੀਡਰ ਸਾਰਿਆਂ 'ਤੇ ਇਹਨਾਂ ਨੇ ਕਿਹਾ ਇਲਜ਼ਾਮ ਲਗਾ ਕੇ ਸਾਰਿਆਂ ਨੂੰ ਮੈਂ ਜੇਲ੍ਹ 'ਚ ਧੱਕੂੰਗਾ। ਅੱਜ ਕੀ ਸਾਰੇ ਐਗਜ਼ੈਂਪਟ ਹੋ ਗਏ? ਅੱਜ ਕੀ ਭਗਵੰਤ ਮਾਨ ਜੀ ਉਸੇ ਗੱਲ 'ਤੇ ਖੜ੍ਹੇ ਹੈ ਵੀ ਮੈਂ ਭ੍ਰਿਸ਼ਟ ਕਿਸੇ ਨੂੰ ਰਹਿਣ ਨਹੀਂ ਦੇਣਾ, ਜਿਹੜੇ ਅੱਜ ਆ ਕੇ ਇੱਥੇ ਕਹਿ ਰਹੇ ਹੈ ਵੀ ਇਹ ਉਦੋਂ ਡਿਪਟੀ ਮੇਅਰ ਸੀਗੇ ਅਤੇ 1000 ਕਰੋੜ ਰੁਪਈਏ ਦਾ ਘੁਟਾਲਾ ਹੋਇਆ ਅਤੇ ਇਹਨਾਂ ਨੂੰ ਜਵਾਬ ਦੇਣਾ ਪਊਗਾ। ਭਗਵੰਤ ਮਾਨ ਜੀ, ਕੀ ਤੁਸੀਂ ਇਸ ਪੁਜੀਸ਼ਨ 'ਚ ਹੋ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਕਰ ਸਕੋਗੇ? ਆਹ ਸਵਾਲ ਮੈਂ ਇਸ ਕਰਕੇ ਪੁੱਛ ਰਿਹਾ ਵੀ ਉੱਥੇ ਕੇਜਰੀਵਾਲ ਸਾਹਿਬ ਫਿਰ ਤੋਂ CBI ਨੇ ਉਹਨਾਂ ਨੂੰ ਸ਼ਿਕੰਜੇ 'ਚ ਲੈ ਲਿਆ ਅਤੇ ਜਿਹੜੀ ਗੱਲ ਵਾਸਤੇ ਇਹਨਾਂ ਦਾ ਆਪਸ 'ਚ ਸਮਝੌਤਾ ਹੋਇਆ ਸੀ ਕਾਂਗਰਸ ਪਾਰਟੀ ਦਾ ਅਤੇ ਆਮ ਆਦਮੀ ਪਾਰਟੀ ਦਾ, ਉਹਦੇ ਮੱਦੇਨਜ਼ਰ ਕੀ ਹੁਣ ਸਾਰਿਆਂ ਨੂੰ ਤੁਸੀਂ ਕਲੀਨ ਚਿੱਟ ਦੇਤੀ ਆ? ਜੇ ਕੋਈ ਉਸ 'ਚ ਕਿੰਤੂ ਪਰੰਤੂ ਹੈ ਕੀ ਬਣੂਗਾ? ਟਰਾਂਸਪੋਰਟ ਮਿਨਿਸਟਰ ਦੇ ਉੱਤੇ ਇਲਜ਼ਾਮ ਜਿਹੜੇ ਲੱਗੇ ਸੀ ਕੀ ਬਣੂਗਾ? ਜਿਹੜੇ ਡਿਪਟੀ ਚੀਫ ਮਿਨਿਸਟਰ ਦੇ ਉੱਤੇ ਇਲਜ਼ਾਮ ਲੱਗੇ ਸੀਗੇ
ਕੀ ਬਣੂਗਾ ਜਿਹੜੇ